ਪੂੜੀਆਂ ਤੰਗ ਲੈਣ ਹਲਾਰੇ ਚਿੱਟੀਆਂ ਪੂੜੀਆਂ ਤੰਗ ਲੈਣ ਹਲਾਰੇ ਚਿੱਟੀਆਂ ਪੂੜੀਆਂ ਤੰਗ ਲੈਣ ਹਲਾਰੇ ਚਿੱਟੀਆਂ ਪੂੜੀਆਂ ਤੰਗ ਲੈਣ ਆਪਾਂ ਤੋਰ ਰੱਖਣੀ ਆ, ਆਪਾਂ ਥੋੜੀ ਰੱਖਣੀ ਆ। ਚਿੱਟੀਆਂ ਪੂੜੀਆਂ ਤੰਗ ਲੈਣ ਹਲਾਰੇ ਚਿੱਟੀਆਂ ਪੂੜੀਆਂ ਤੰਗ ਲੈਣ ਹਲਾਰੇ ਪੱਤਰੀ ਵਾਲੇ ਨੇ ਜਕਾਰਾ ਬਾਬਾ ਬਦਰੀ ਨਾਥ ਦਾ ਬੋਲ ਸੱਚੇ ਦਰਬਾਰ ਕੀ ਜੈ। ਬਾ ਠੀਕ ਆ ਹੁਣ ਇਹਨਾਂ ਨੂੰ ਨਾ ਹੋਰੇ ਚਾਹੀਦਾ ਹੁੰਦਾ ਆਪੇ ਬੈਠ ਕੇ ਜਾ ਜਰਾ ਤੂੰ ਬੋਲੋ ਕਰਨਾ ਬੈਠੋ ਟਰਾਲੀਆਂ 'ਚ, ਟਰਾਲੀਆਂ 'ਚ ਬੈਠੋ, ਮੋਹਰੇ ਵੀ ਪਿੱਛੇ ਵੀ। ਦੱਸਿਆ ਉਹਨਾਂ ਮੁੜ ਦੇ ਬੰਦੇ ਨੂੰ ਕਿਹਾ ਆ।
ਧੱਬੇ ਤੇ ਮੋਹਰੇ ਰਹਿਣਾ ਕੱਲ ਨੂੰ ਕਿਹਾ ਮੈਂ ਕਿਹਾ ਤਾਂ ਚਾਰ ਪੱਖੇ ਲੈ ਕੇ ਜਾਣੇ ਕਹਿੰਦਾ ਚਾਚਾ ਜੀ Thank you.
ਇੱਥੇ ਰੱਖ ਕੇ ਟਾਇਰ ਕਰ ਲਓ। Thank you.
ਕਿਹਾ ਕਿ ਇਸੇ ਤਰ੍ਹਾਂ ਹੀ ਖੁਸ਼ੀਆਂ ਭਰੇ ਦਿਨ ਹਮੇਸ਼ਾ ਆਉਂਦੇ ਰਹਿਣ, ਇਸੇ ਤਰ੍ਹਾਂ ਹੀ ਰੰਗ ਮੇਲੇ ਲੱਗਦੇ ਰਹਿਣ। ਇਸ ਤੋਂ ਪਹਿਲਾਂ ਕਿ ਅਸੀਂ ਹੋਰ ਗੱਲ ਕਰੀਏ, ਸਾਡੀ ਮੰਦਰ ਕਮੇਟੀ ਵੱਲੋਂ, ਸਾਡੀ ਨਗਰ ਵੱਲੋਂ ਸਾਰੀਆਂ ਸੰਗਤਾਂ ਨੂੰ, ਨਵੇਂ ਸ਼ਹਿਰ ਦੀਆਂ ਸਾਰੀਆਂ ਸੰਗਤਾਂ ਨੂੰ, ਇਸ ਮੰਦਰ 'ਚ ਆਉਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਹੁਣ ਤੋਂ ਲੈ ਕੇ 17 ਤਰੀਕ ਭੰਡਾਰੇ ਤੱਕ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ, ਸਾਰਿਆਂ ਦਾ ਹਾਰਦਿਕ ਸਵਾਗਤ ਹੈ। ਸਾਡੇ ਪਿੰਡ ਚੋਕਰਾਂ ਵਿਖੇ ਬਾਬਾ ਬਦਰੀਨਾਥ ਜੀ ਦੇ ਮੰਦਰ ਦੇ ਵਿੱਚ ਮੂਰਤੀ ਸਥਾਪਨਾ ਸਮਾਰੋਹ ਦੇ ਵਿੱਚ ਆ ਕੇ ਸ਼ਾਮਿਲ ਹੋਏ। ਅਤੇ ਸਾਰਿਆਂ ਨੂੰ ਵਾਰ ਵਾਰ ਬੇਨਤੀ ਹੈ ਕਿ ਸਾਰਿਆਂ ਨੇ, ਸੰਗਤਾਂ ਨੇ ਸਾਡੇ ਪਿੰਡ ਹੁਣ ਤੋਂ ਲੈ ਕੇ 17 ਤਰੀਕ ਤੱਕ ਲਗਾਤਾਰ ਜਿੰਨਾ ਵੀ ਗ੍ਰਹਿ ਵਿੱਚ ਹਾਜ਼ਰ ਹੋ ਸਕਦੀ ਆ ਦਰਸ਼ਨ ਦੇਣ ਦੀ ਜ਼ਰੂਰ ਪ੍ਰਪਾਲਤਾ ਕਰ ਰਹੇ। ਸੋ ਪੰਡਿਤ ਜੀ ਨੇ ਬਹੁਤ ਇਸ ਗੱਲ ਦਾ ਆਗਰਾ ਕੀਤਾ ਕਿ ਅਸੀਂ ਕੁਛ ਜਿਹੜੀਆਂ ਸੰਗਤਾਂ ਅੱਜ ਦੁਨੀਆਂ 'ਤੇ ਬੈਠੀਆਂ ਸੀ ਉਹਨਾਂ ਨੂੰ ਆਪਾਂ ਬੀਬੀਆਂ ਨੂੰ ਸਨਮਾਨਿਤ ਕਰਨਾ। ਸਾਰਿਆਂ ਤੋਂ ਪਹਿਲਾਂ ਹੈਗੀ ਆ ਗੁਰਮੀਤ ਕੌਰ, ਗੁਰਮੀਤ ਕੌਰ ਇਸ ਤੋਂ ਬਾਅਦ ਹੈ ਜੋਤੀ, ਇਸ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਮੂਰਤੀਆਂ ਦਾ ਬਹੁਤ ਸਹਿਯੋਗ ਮਿਲਦਾ। ਅਸੀਂ ਉਹਨਾਂ ਨੂੰ ਸਨਮਾਨ ਕਰਨਾ ਚਾਹੁੰਦੇ ਹਾਂ। ਉਹ ਹੈਗਾ ਬੀਬੀ ਸੁਰਜੀਤ ਕੌਰ, ਨਿੱਕੀ ਪਿੰਡ ਗਈ ਆਪਣੀ ਸੰਗਤ ਦੇ ਨਾਲ। ਜੈਕਾਰਾ ਮਾਂ ਦੁਰਗਾ ਸ਼ਕਤੀ ਦਾ। ਸਾਡੀ ਹੈ ਵੀ ਦੁਰਗਾ ਦੇ ਰੂਪ ਹੈ, ਤੁਸੀਂ ਮੌਕਾ ਮਿਲਿਆ ਤਾਂ ਉੱਥੇ ਜ਼ਰੂਰ ਆ ਕੇ ਦੇਖਿਓ। ਦਿਨ ਨੂੰ ਵੀ ਚੌਂਕੀ ਲੱਗੇਗੀ, ਰਾਤ ਨੂੰ ਵੀ ਜਾਗਰਣ ਹੋਏਗਾ ਬਾਬਾ ਜੀ ਦਾ, ਔਰ ਪੂਰਾ ਟਾਈਮ 'ਤੇ ਲੜਕੀ ਭਜਨ ਵੀ ਬੋਲਦੀ ਆ ਅਤੇ ਵਿੱਚ ਆਪਣਾ ਨੱਚਦੀ ਵੀ ਆ। ਇਹੋ ਜਿਹੀ ਮਹਾਮਾਈ ਦੀ ਇੱਥੇ ਕਿਰਪਾ, ਬਾਕੀ ਮਹਾਮਾਈ ਦਾ ਸਤਿਕਾਰ ਜੈਕਾਰਾ ਮਾਂ ਸ਼ੇਰਾਂ ਵਾਲੀ ਦਾ। ਮਹਾਂ ਵਿਦਵਾਨ, ਮਹਾਂ ਗਿਆਨੀ ਪੰਡਿਤ ਜੀ, ਪੰਡਿਤ ਅਰਜਨ ਦੇਵ ਜੀ, ਇਹਨਾਂ ਨੂੰ ਸਨਮਾਨਿਤ ਕਰਨ ਲੱਗੇ ਪੰਡਿਤ ਜੀ, ਪੰਡਿਤ ਅਰਜਨ ਦੇਵ ਜੀ। ਇਹਨਾਂ ਦੇ ਨਾਲ ਪੰਡਿਤ ਪ੍ਰਦੀਪ ਜੀ, ਵੇਦ ਪ੍ਰਕਾਸ਼ ਜੀ, ਪੰਡਿਤ ਜੀ ਦਾ ਸਹਿਯੋਗ ਰਿਹਾ ਮੂਰਤੀਆਂ ਸਥਾਪਿਤ ਕਰਨ ਲਈ, ਸਾਨੂੰ ਸਹੀ ਦਿਸ਼ਾ, ਸਹੀ ਗਿਆਨ ਦੇਣ ਲਈ। ਉਸ ਤੋਂ ਬਾਅਦ ਮੂਰਤੀਆਂ ਨੂੰ ਇਸ ਮੰਦਰ ਤੱਕ ਲੈ ਕੇ ਆਉਣ ਲਈ ਜਿਨ੍ਹਾਂ ਨੇ ਗੱਡੀਆਂ ਚਲਾ ਕੇ ਲੈ ਕੇ ਆਏ ਆ ਡਰਾਈਵਰ ਸਾਡੇ, ਪਹਿਲਾਂ ਰੇਸ਼ਮ ਸਿੰਘ ਜੀ, ਉਸ ਤੋਂ ਬਾਅਦ ਸਾਡੇ ਕੁਲਵਿੰਦਰ ਸਿੰਘ, ਕੁਲਵਿੰਦਰ ਸਿੰਘ ਜੀ ਪਿੰਡ ਛੋਕਰਾਂ ਤੋਂ, ਇਹਨਾਂ ਨੇ ਬਹੁਤ ਵਧੀਆ ਸ਼ਰਧਾ ਦਿਖਾਈ ਆ, ਆਪਣੇ ਟਰੈਕਟਰ ਟਰਾਲੀਆਂ 'ਤੇ ਲੈ ਕੇ ਸੰਗਤਾਂ ਨੂੰ ਇੱਥੇ ਤੱਕ ਆਏ ਆ। ਇਸ ਤੋਂ ਬਾਅਦ ਜਰਨੈਲ ਸਿੰਘ ਜੀ ਪਿੰਡ ਚੋਕਰਾਂ ਤੋਂ, ਉਹ ਗਿਆ ਦੇਖਣ ਧਰਦਾ ਵੀਰਾ ਸਤਪਾਲ ਜੀ, ਕਮਲ ਕੇ
ਵਿੱਚ ਨੌਜਵਾਨ ਬਹੁਤ ਪੂਰਾ ਸਹਿਯੋਗ ਦੇ ਰਹੇ ਆ। ਇਹਨਾਂ ਨੇ ਆਪਣਾ ਇੱਕ ਯੂਥ ਕਲੱਬ ਵੀ ਬਾਬਾ ਬਦਰੀ ਨਾਥ ਮੰਦਰ ਕਮੇਟੀ ਵੱਲੋਂ ਬਣਾਇਆ, ਜਿਹਨਾਂ ਦੇ ਪ੍ਰਧਾਨ ਨੇ ਸਾਡੇ ਪ੍ਰਦੀਪ ਕੁਮਾਰ ਜੀ, ਜਿਹਨਾਂ ਅਸੀਂ ਪਿਆਰ ਮੰਦਰ ਦੇ ਬਹੁਤ ਹੀ ਸਹਿਯੋਗੀ ਸੂਬੇਦਾਰ ਮੋਹਨ ਲਾਲ ਜੀ, ਪੂਰੀ ਮੰਦਰ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਸਾਡੇ ਮੰਦਰ ਕਮੇਟੀ ਦਾ ਇੰਨਾ ਮਾਣ ਕੀਤਾ। ਇਸ ਤੋਂ ਇਲਾਵਾ ਇੱਕ ਬੇਨਤੀ ਆ, 17 ਤਰੀਕ ਨੂੰ ਸਵੇਰੇ ਜਿਹੜੀਆਂ ਵੀ ਸੰਗਤਾਂ ਮੰਦਰ ਕਮੇਟੀ ਦਾ ਬਾਬਾ ਬਦਰੀਨਾਥ ਜੀ ਦੇ ਮੰਦਰ ਪਿੰਡ ਚੁੱਕਣਾ ਜਾਣਾ ਚਾਹੁੰਦੀਆਂ, ਉਹਨਾਂ ਵਾਸਤੇ ਗੋਮਤੀਨਾਥ ਮੰਦਰ ਦੇ ਗੇਟ ਦੇ ਅੱਗੇ ਸਵੇਰੇ 9 ਵਜੇ ਗੱਡੀ ਖੜ੍ਹੀ ਹੋ ਜਾਏਗੀ ਅਤੇ ਜਦੋਂ ਪ੍ਰੋਗਰਾਮ ਦੀ ਸਮਾਪਤੀ ਹੋਏਗੀ ਦੁਪਹਿਰ ਨੂੰ 2 ਵਜੇ 3 ਵਜੇ ਉਹ ਗੱਡੀ ਇੱਥੇ ਹੀ ਸਾਰੀਆਂ ਸੰਗਤਾਂ ਨੂੰ ਉਤਾਰ ਜਾਏਗੀ। ਹਰ ਸਾਲ ਗੱਡੀ ਆਉਂਦੀ ਆ ਲੇਕਿਨ ਸੰਗਤਾਂ ਬਹੁਤ ਸੀਮਤ ਹੁੰਦੀਆਂ। ਇਸ ਸਾਲ ਮੇਰੀ ਸਾਰੀਆਂ ਸੰਗਤਾਂ ਅੱਗੇ ਹੱਥ ਜੋੜ ਕੇ ਬੇਨਤੀ ਆ, ਸਾਡੇ ਮੰਦਰ ਕਮੇਟੀ ਵੱਲੋਂ ਵੀ ਹੱਥ ਜੋੜ ਕੇ ਬੇਨਤੀ ਆ, ਵੱਧ ਤੋਂ ਵੱਧ ਸੰਗਤਾਂ ਨੇ ਆਉਣਾ, ਜਿੰਨਾ ਸਹਿਯੋਗ ਹੋ ਸਕੇ ਜ਼ਰੂਰ ਉੱਥੇ ਸਾਡੇ ਭੰਡਾਰੇ ਦੇ ਵਿੱਚ ਆ ਕੇ ਆਪਣਾ ਸਹਿਯੋਗ ਦੇਣਾ। ਬਹੁਤ ਬਹੁਤ ਧੰਨਵਾਦੀ ਹੋ। ਉਸ ਤੋਂ ਬਾਅਦ ਹਵਨ ਹੋਏਗਾ, ਮੂਰਤੀ ਸਥਾਪਨਾ ਤੋਂ ਬਾਅਦ ਹਵਨ ਹੋਏਗਾ, ਉਸ ਤੋਂ ਬਾਅਦ ਬਾਬਾ ਬਦਰੀਨਾਥ ਕੀਰਤਨ ਮੰਡਲੀ ਵੱਲੋਂ 2-3 ਘੰਟੇ ਕੀਰਤਨ ਕੀਤਾ।